ਮਾਨਯੋਗ ਸਾਰੇ ਵੀਰ ਭਰਾਵਾਂ ਸਤਿ ਸ੍ਰੀ ਅਕਾਲ ਜੀ। ਸਾਡੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਲਵਲਾਨ ਦੇ ਵਿੱਚ ਰਹਿ ਰਹੇ ਹਾਂ, ਇੱਥੋਂ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਆ ਕਿ ਨਾ ਤਾਂ ਇੱਥੇ ਡਾਲਰ ਮਿਲ ਰਹੇ ਆ ਸਾਨੂੰ, ਨਾ ਅਸੀਂ ਇੰਡੀਆ ਜਾ ਰਹੇ ਹਾਂ, ਫਲੈਟਾਂ ਮਿਲ ਨਹੀਂ ਰਹੀਆਂ ਸਾਨੂੰ। ਅਸੀਂ ਇੰਡੀਆ ਆਉਣਾ ਚਾਹੁੰਦੇ ਹਾਂ ਆਪਾਂ ਭਗਵੰਤ ਮਾਨ, ਅਤੇ ਜੇ ਕੋਈ ਸਾਡਾ ਕੋਈ ਹੱਲ ਕਰ ਸਕਦੇ ਹਾਂ ਕੀਤਾ ਜਾਵੇ। ਇੱਥੇ ਤਨਖਾਹ ਮਿਲਦੀ ਹੈ ਸਾਨੂੰ ਲੀਰਿਆਂ 'ਚ, ਅਤੇ ਉਹ ਲੀਰੇ ਆ ਜਿਹੜੇ ਇੱਥੇ ਲਵਲਾਨ ਦੇ ਵਿੱਚ ਵਸ ਸਕਦੇ ਹਾਂ। ਘਰੇ ਅਸੀਂ ਪਾਣੇ ਪੈਂਦੇ ਨੀਗੇ, ਅੱਠ ਅੱਠ ਨੌ ਨੌ ਮਹੀਨੇ ਹੋ ਗਏ ਘਰੇ, ਅਸੀਂ ਪੈਸੇ ਨਹੀਂ ਪਾਏ, ਅਤੇ ਘਰ ਦੇ ਸਾਡੀਆਂ ਤਨਖਾਹਾਂ 'ਤੇ ਡਿਪੈਂਡ ਹੈ, ਅਤੇ ਉਹ ਦੱਸੋ ਕਿੱਦਾਂ ਗੁਜ਼ਾਰਾ ਕਰਨਾ। ਅਤੇ ਅੰਬੈਸੀ ਤੋਂ ਤਾਂ ਸਾਡਾ ਕੋਈ ਸਾਥ ਨਹੀਂ ਦੇ ਰਹੀ, ਅਤੇ ਕਿਰਪਾ ਕਰਕੇ ਸਾਨੂੰ ਇੰਡੀਆ ਸੱਦਿਆ ਜਾਵੇ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਹੈ ਜੀ, ਅਤੇ ਬੀਬੀ ਸਰਬਜੀਤ ਕੌਰ MLA ਜਗਰਾਓਂ ਜੀ, ਅਤੇ ਇਹ ਅਤੇ ਸਤਿ ਸ਼੍ਰੀ ਅਕਾਲ ਹੈ ਜੀ ਭਗਵੰਤ ਮਾਨ ਸਾਹਿਬ ਜੀ ਨੂੰ ਜੀ। ਅਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇਖਦੇ ਹਾਂ ਜੀ, ਅਤੇ ਬਹੁਤ ਦੇਖ ਕੇ ਵਧੀਆ ਲੱਗਦੀਆਂ ਜੀ, ਅਤੇ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਸਾਡੀ ਇਹ ਵੀਡੀਓ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਜੀ, ਤਾਂ ਕਿ ਸਾਨੂੰ ਇੱਥੋਂ ਕੱਢਿਆ ਜਾਵੇ, ਕਿਉਂਕਿ ਲਵਲਾਨ ਦੇ ਬਹੁਤ ਹਾਲਾਤ ਮਾੜੇ ਆ ਅੱਜ ਦੇ ਟਾਈਮ ਵਿੱਚ ਜੀ। ਅਤੇ ਬਾਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੱਲ ਕਰਨੀ ਸੀ ਇੰਨੀ ਕਿ ਇੱਥੋਂ ਦੇ ਜਿਹੜੇ ਹਾਲਾਤ ਨੇ ਲਵਲਾਨ ਦੇ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ, ਅੱਜ ਦੀ ਗੱਲ ਨਹੀਂ ਹੈਗੀ, ਔਰ ਇਹ ਤਕਰੀਬਨ 7-8 ਮਹੀਨੇ ਤੋਂ ਪਹਿਲਾਂ ਹੀ ਇਹ ਚੀਜ਼ ਸਟਾਰਟ ਹੋ ਚੁੱਕੀ ਸੀ। ਡਾਲਰ ਮਿਲਣਾ ਬਿਲਕੁਲ ਬੰਦ ਹੋ ਗਿਆ, ਕੰਮ ਕਾਰ ਬਿਲਕੁਲ ਠੱਪ ਹੋ ਗਏ, ਆਰਥਿਕ ਮੰਦੀ ਇੰਨੀ ਜ਼ਿਆਦਾ ਵੀ ਚੱਲਦਿਆਂ ਹਰ ਕਿਸੇ ਕੋਲ ਕੰਮ ਹੈ ਵੀ, ਕਿਸੇ ਕੋਲ ਨਹੀਂ ਹੈ, ਕਿਸੇ ਨੂੰ ਤਨਖਾਹ ਮਿਲਦੀ ਹੈ, ਕਿਸੇ ਨੂੰ ਸਿਰਫ ਰੋਟੀ ਖਰਚਾ ਮਿਲਦਾ, ਘਰ ਪਾਉਣ ਨੂੰ ਵਾਸਤੇ ਕੋਈ ਪੈਸੇ ਨਹੀਂ ਹੈਗੇ। ਗੱਲ ਸਿਰਫ ਇੰਨੀ ਆ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹਦਾ ਹੱਲ ਹੋਣਾ ਚਾਹੀਦਾ ਜਲਦੀ ਤੋਂ ਜਲਦੀ। ਅੰਬੈਸੀ ਨਾਲ ਕੋਈ ਗੱਲ ਕਰਦੇ ਹਾਂ ਤਾਂ ਸਿਰਫ ਇਹੀ ਸੁਣਨ ਨੂੰ ਮਿਲਦਾ ਕਿ ਹਜੇ ਗੱਲ ਚੱਲਦੀ ਹੈ ਜੀ ਇੱਥੋਂ ਦੀ ਗੌਰਮੈਂਟ ਨਾਲ, ਸਿਰਫ ਗੱਲ ਉੱਥੇ ਹੀ ਖੜੀ ਹੈ, ਲਿਸਟਾਂ 'ਤੇ ਖੜੀ ਹੈ, ਲਿਸਟਾਂ ਜਾ ਚੁੱਕੀਆਂ ਜੀ ਅੰਬੈਸੀ ਕੋਲ, ਜਿਹੜੇ ਬਿਨਾਂ ਪੇਪਰ ਵਾਲੇ ਨੇ ਜਾਂ ਡੌਂਕੀ ਨੇ ਜੋ ਵੀ ਜਿੰਨੇ ਜਿੰਨੇ ਜਿਹੜੇ ਅਨਲੀਗਲ ਹੈ, ਹੱਲ ਹਜੇ ਤੱਕ ਕੋਈ ਨਹੀਂ ਹੋ ਰਿਹਾ। ਹੋਰ ਅੰਬੈਸੀਆਂ ਮੁਲਕਾਂ ਦੀਆਂ ਸਾਰਿਆਂ ਨੇ ਤਕਰੀਬਨ ਸਾਰਾ ਕੁਛ ਫ੍ਰੀ ਕੀਤਾ ਹੋਇਆ, ਔਰ ਫ੍ਰੀ ਆਪਾਂ ਆਪਣੇ ਲੋਕਾਂ ਨੂੰ ਇੱਥੋਂ ਲਿਜਾ ਰਹੇ ਆ ਉਹ, ਔਰ ਸਾਡੀ ਅੰਬੈਸੀ ਜਿਹੜੀ ਫਿਲਹਾਲ ਹਾਲੇ ਗੱਲ 'ਤੇ ਟਿੱਕੀ ਹੋਈ ਆ ਉਸੇ 'ਤੇ ਕਿ ਸਾਡੀ ਗੱਲ ਚੱਲਦੀ ਹੈ, ਗੱਲ ਪਤਾ ਨਹੀਂ ਇੰਨੀ ਕਿੰਨੀ ਕੁ ਲੰਬੀ ਹੈ ਜਾਂ ਕਦ ਤੱਕ ਨਿਬੜਨੀ ਹੈ। ਤਦ ਤੱਕ ਇਹਦੇ ਹਾਲਾਤ ਨੇ ਇੱਥੋਂ ਦੇ ਹੋਰ ਵੀ ਮਾੜੇ ਹੁੰਦੇ ਜਾ ਰਹੇ ਆ, ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ, ਅਤੇ ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਇੰਡੀਆ ਵਾਪਸ ਆਉਣਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਕਰੋਨਾ ਦਾ ਡਰ ਨਹੀਂ ਹੈ, ਸਾਨੂੰ ਸਿਰਫ ਅਤੇ ਸਿਰਫ ਮੁਸ਼ਕਲ ਹੈ ਜਿਹੜੀ ਪੈਸੇ ਦੀ ਹੈ, ਪੈਸੇ ਦਾ ਹੱਲ ਹੋ ਜੇ ਉਹ ਹੋ ਨਹੀਂ ਰਿਹਾ, ਨੇੜੇ ਦੇ ਭਵਿੱਖ ਦੇ ਵਿੱਚ ਕੋਈ ਵੀ ਆਸ ਨਹੀਂ ਹੈ ਕਿ ਇੱਥੋਂ ਦੇ ਹਾਲਾਤ ਆ ਜਿਹੜੇ ਉਹ ਸੁਧਰਨਗੇ। ਸੋ ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਜਿੰਨੀ ਜਲਦੀ ਸਾਡਾ ਕੋਈ ਬੰਦੋਬਸਤ ਹੋ ਸਕਦਾ ਸਾਨੂੰ ਇੰਡੀਆ ਵਾਪਸ ਬੁਲਾਇਆ ਜਾਵੇ, ਭਾਰਤ ਵਾਪਸ ਬੁਲਾਇਆ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਵੀਰਾਂ ਆਪਣਿਆਂ ਨੂੰ। ਬੇਨਤੀ ਹੈ ਜੀ, ਇੱਕ ਸਾਲ ਤੋਂ ਕੰਮ ਬੰਦ ਪਏ ਨੇ, ਇੱਕ ਸਾਲ ਤੋਂ ਨਾ ਕੋਈ ਕੰਮ ਲੱਗਾ ਅਤੇ ਨਾ ਕਿਸੇ ਕੋਲ ਕੰਮ ਹੈਗੇ ਨੇ, ਕਮਰੇ 'ਚ ਬੈਠੇ ਬੰਦਿਆਂ ਕੋਲ ਨਾ ਰੋਟੀ ਨਾ ਕੁਝ ਖਾਣ ਪੀਣ ਨੂੰ ਜਾਂ ਨਾ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਬਿਲਕੁਲ ਵੀ, ਅਤੇ ਜਿਹੜੇ ਬੰਦਿਆਂ ਨੇ ਟੈਕਸ ਉਤਾਰੇ ਨੇ ਉਹ ਵੀ ਵਿਚਾਰੇ ਇੱਥੇ ਬੈਠੇ ਨੇ, 4-4 ਮਹੀਨੇ ਹੋ ਗਏ, ਨਾ ਕੋਈ ਫਲੈਟਾਂ ਚੱਲਣ ਦੀਆਂ, ਨਾ ਕੋਈ ਜਿਹੜਾ ਤੁਸੀਂ ਬੰਦੇ ਭਾਰਤ ਮਿਸ਼ਨ ਚਲਾਇਆ ਉਹ ਵੀ ਕੋਈ ਨਹੀਂ ਗੱਡੀ 'ਚ ਕੋਈ ਫਲੈਟ ਪਹੁੰਚੀ ਜਿਹੜਾ ਕੋਈ ਬੰਦਾ ਜਾ ਸਕੇ ਇੱਥੇ। ਦੂਜੀ ਗੱਲ ਇਹ, ਨਾ ਕੋਈ ਸਰਕਾਰਾਂ ਸੁਣਦੀਆਂ ਵੀ, ਨਾ ਸਾਡੀ ਕੋਈ ਮੈਸੇਜ ਸੁਣਦੀ ਸੀ, ਇੱਥੇ ਗੁਰਦੁਆਰੇ ਕਹਿੰਦੇ ਨਾ ਲਿਖਾਓ, 4-4 ਵਾਰੀ ਅਸੀਂ ਨਾ ਲਿਖਾ ਬੈਠੇ, ਹੁਣ ਫਿਰ ਅੱਜ ਅਨਾਊਂਸਮੈਂਟ ਹੋਈ ਕਿ ਨਾ ਲਿਖਾਓ, ਨਾ ਲਿਖਾ ਕੇ ਕੀ ਕਰੀਏ ਜੇ ਸਾਨੂੰ ਇੱਥੇ ਇਹਨਾਂ ਨੇ ਕੋਈ ਹੱਲ ਨਹੀਂ ਕਰਨਾ ਇਹਨਾਂ ਨੇ। ਅਤੇ ਇਹੀ ਬੇਨਤੀ ਕਰ ਰਹੇ ਸਰਕਾਰਾਂ ਅੱਗੇ ਕਿ ਜਿੰਨਾ ਵੀ ਛੇਤੀ ਹੋ ਸਕਦਾ ਕਿ ਇਹਨਾਂ ਨੂੰ ਲੈ ਕੇ ਜਾਇਆ ਜਾਵੇ, ਬਹੁਤ ਮੁਸ਼ਕਲ ਵਿੱਚ ਫਸੇ ਪਏ ਆ, ਨਾ ਕਿ ਇੱਥੇ ਪੈਸੇ ਨੇ, ਨਾ ਕੋਈ ਰੋਟੀ ਪਾਣੀ ਦਾ ਕੋਈ ਖਰਚਾ ਪਾਉਣ, ਸਾਰੇ ਬੰਦੇ ਮਜ਼ਬੂਰ ਨੇ, ਸਾਰੇ ਆਪਣੇ ਕਮਰੇ 'ਚ ਬੈਠੇ ਪਏ ਨੇ। ਅਤੇ ਇੰਨੀ ਕੁ ਬੇਨਤੀ ਕਰਦਾ ਜੀ ਮੈਂ ਸਰਕਾਰਾਂ ਦੀ, ਅਤੇ ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸਾਡੀ ਇਹ ਵੀਡੀਓ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਅਤੇ ਨਾ ਹੀ ਸਾਡੇ ਕੋਲ ਇੱਥੇ ਪੇਪਰ ਹੈ ਜੀ, ਅਤੇ ਬਹੁਤ ਜ਼ਿਆਦਾ ਮੁਸ਼ਕਲ ਗੁਜ਼ਾਰਾ ਚੱਲਦਾ ਆ। ਬਸ ਇਹੀ ਬੇਨਤੀ ਹੈ ਜੀ ਕਿ ਸਾਡੀ ਇਹ ਵੀਡੀਓ ਭਗਵੰਤ ਮਾਨ ਤੱਕ ਪਹੁੰਚਾਈ ਜਾਵੇ। ਬਹੁਤ ਬਹੁਤ ਧੰਨਵਾਦ ਬੀਬੀ ਸਰਬਜੀਤ ਕੌਰ ਜੀ MLA, ਧੰਨਵਾਦ ਜੀ। ਧੰਨਵਾਦ ਸਾਰਿਆਂ ਦਾ ਜੀ।